ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਜੀ ਨਗਰ ਦੀਆਂ ਸੰਗਤਾਂ ਨੂੰ, ਖਾਸ ਕਰਕੇ ਨਗਰ ਪੰਡੋਰੀ ਦੇ ਬੱਚੇ ਬੱਚੀਆਂ ਨੂੰ ਕਿ ਭਾਈ ਘਨੱਈਆ ਜੀ ਯੁਵਕ ਸਮਾਵਾਂ ਕਲੱਬ ਪੰਡੋਰੀ ਵੱਲੋਂ ਨਗਰ ਦੇ NRI ਭਰਾਵਾਂ ਦੇ ਸਹਿਯੋਗ ਦੇ ਨਾਲ 2 ਦਿਨਾਂ ਅੰਮ੍ਰਿਤਸਰ ਸਾਹਿਬ ਦੀ ਯਾਤਰਾ ਦਾ ਪ੍ਰੋਗਰਾਮ ਬਣਾਇਆ ਗਿਆ ਹੈ, ਜਿਹਦੇ ਵਿੱਚ ਆਪਣੇ ਨਗਰ ਦੀਆਂ ਸੰਗਤਾਂ, ਖਾਸ ਕਰਕੇ ਬੱਚਿਆਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਜਾਣਾ ਹੋਵੇ, ਆਉਣ ਜਾਣ ਦਾ ਕੋਈ ਖਰਚਾ ਨਹੀਂ, ਉਹ ਆਪੋ ਆਪਣੇ ਨਾਮ ਅੱਜ ਸ਼ਾਮ 7 ਵਜੇ ਤੱਕ ਕਰਮਜੀਤ ਸਿੰਘ ਜੀ, ਗ੍ਰੰਥੀ ਸਿੰਘ ਜੀ, ਗੋਰਾ ਬਾਬਾ, ਉਹਨਾਂ ਕੋਲ ਆਪੋ ਆਪਣੇ ਨਾਮ ਲਿਖਵਾ ਸਕਦੇ ਹਨ। ਅਤੇ ਕੱਲ੍ਹ ਨੂੰ ਮਿਤੀ 1 ਤਰੀਕ ਨੂੰ ਆਪਾਂ ਸਵੇਰੇ 10 ਵਜੇ ਰਵਾਨਾ ਹੋਵਾਂਗੇ ਅਤੇ 2 ਤਰੀਕ ਨੂੰ ਸਾਰਾ ਪ੍ਰੋਗਰਾਮ ਅਟੈਂਡ ਕਰਕੇ ਤਕਰੀਬਨ ਉੱਥੋਂ 2-3 ਵਜੇ ਵਾਪਸੀ ਕਰਾਂਗੇ। ਅਤੇ ਬੇਨਤੀ ਇਹ ਹੈ ਵੀ ਇਹ ਜਿਹੜਾ ਪ੍ਰੋਗਰਾਮ ਆ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਅਧੀਨ ਇੱਕ ਪ੍ਰੋਗਰਾਮ ਹੋ ਰਿਹਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਹਰਿਮੰਦਰ ਸਾਹਿਬ ਦੇ ਜੋ ਮੰਜੀ ਹਾਲ ਹੈ ਉੱਥੇ ਪ੍ਰੋਗਰਾਮ ਹੋਣਾ ਹੈ। ਅਤੇ ਉਹਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਆਪਣੇ ਨਗਰ ਦੇ ਨੌਜਵਾਨ, ਆਪਣੇ ਨਗਰ ਦੇ ਬੱਚੇ ਵੀ ਜਾ ਰਹੇ ਨੇ। ਅਤੇ ਖਾਸ ਗੱਲ ਇਹ ਆ, ਬੇਨਤੀ ਦੀ ਅਨਾਊਂਸਮੈਂਟ ਇਹ ਆ ਵੀ ਪੂਰੇ ਬਰਨਾਲੇ ਜ਼ਿਲ੍ਹੇ ਦੇ ਵਿੱਚੋਂ ਸਿਰਫ ਆਪਣਾ ਨਗਰ ਹੀ ਆ ਜਿਹੜਾ ਬੱਚਿਆਂ ਨੂੰ ਫ੍ਰੀ ਲੈ ਕੇ ਜਾ ਰਿਹਾ, ਨਹੀਂ ਤਾਂ ਹਰ ਪਿੰਡ ਦੇ ਵਿੱਚ 1 ਬੱਚੇ ਤੋਂ 300-250 ਕਿਰਾਏ ਦੇ ਰੂਪ ਵਿੱਚੋਂ ਲਿਆ ਜਾ ਰਿਹਾ। ਪਰ ਬਹੁਤ ਕਰਮ ਵਾਲਾ ਪਿੰਡ ਆਪਣਾ ਨਗਰ ਪੰਡੋਰੀ, ਜਿੱਥੋਂ ਦੇ ਆਪਣੇ ਜਿਹੜੇ NRI ਨੇ ਉਹ ਹਮੇਸ਼ਾ ਆਪਣੇ ਨਾਲ ਮੋਢੇ ਨਾਲ ਮੋਢਾ ਜੋੜੀ ਰੱਖਦੇ ਨੇ। ਅਤੇ ਜਦੋਂ ਹੀ ਉਹਨਾਂ ਨੂੰ ਪਤਾ ਲੱਗਿਆ ਵੀ ਅੰਮ੍ਰਿਤਸਰ ਸਾਹਿਬ ਵਿਖੇ ਬੱਸ ਲੈ ਕੇ ਜਾਣੀ ਹੈ, ਅਤੇ ਉਸੇ ਟਾਈਮ ਉਹਨਾਂ ਵੱਲੋਂ ਸੇਵਾ, ਜਾਣੀ ਕਿ ਉਹਨਾਂ ਵੱਲੋਂ ਸੇਵਾ ਪਹੁੰਚ ਚੁੱਕੀ ਹੈ। ਅਤੇ ਉਹ ਕਹਿੰਦੇ ਵੀ ਬੱਸ ਦਾ ਪ੍ਰਬੰਧ ਅਸੀਂ ਕਰਾਂਗੇ। ਅਤੇ ਸਤਿਕਾਰਯੋਗ ਸੁਖਵਿੰਦਰ ਸਿੰਘ ਸਿੱਧੂ ਜੀ, ਹਰਜੋਤ ਸਿੰਘ ਬੋਪਾ ਰਾਏ ਜੀ, ਮਹਿਕਪ੍ਰੀਤ ਸਿੰਘ ਬੋਪਾ ਰਾਏ ਜੀ ਅਤੇ ਨਵਦੀਪ ਸਿੰਘ ਨਵੀ ਬੋਪਾ ਰਾਏ ਜੀ, ਇਹ ਸਾਰੇ ਹੀ ਕੈਨੇਡਾ ਇਸ ਟਾਈਮ ਆਪਣੇ ਵਰਕ ਪਰਮਿਟ ਤੇ ਹਨ। ਅਤੇ ਸਾਰੇ ਹੀ ਸਤਿਕਾਰਯੋਗ NRI ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ। ਅੰਮ੍ਰਿਤਸਰ ਸਾਹਿਬ ਵਿਖੇ ਬੱਸ ਲੈ ਕੇ ਜਾਣੀ ਆਪਾਂ ਜੀ ਕੱਲ੍ਹ ਨੂੰ 1 ਤਰੀਕ ਨੂੰ ਸਵੇਰੇ 10 ਵਜੇ ਰਵਾਨਾ ਹੋਵਾਂਗੇ ਜੀ, ਅਤੇ 2ਵੇਂ ਦਿਨ ਵਾਪਸੀ ਕਰਾਂਗੇ। ਬੇਨਤੀ ਹੈ ਬੱਚਿਆਂ ਨੂੰ, 6ਵੀਂ ਕਲਾਸ ਤੋਂ ਲੈ ਕੇ BA ਕਲਾਸ ਤੱਕ ਬੱਚਿਆਂ ਨੂੰ, ਨੌਜਵਾਨਾਂ ਨੂੰ, ਕਿ 6ਵੀਂ ਕਲਾਸ ਤੋਂ ਥੱਲੇ ਨਹੀਂ ਕੋਈ ਹੋਣਾ ਚਾਹੀਦਾ। ਮਾਫ਼ੀ ਮੰਗਦੇ ਹਾਂ ਬੀਬੀਆਂ ਭੈਣਾਂ ਤੋਂ, ਵੀਰਾਂ ਬਜ਼ੁਰਗਾਂ ਤੋਂ, ਕਿ ਇਸ ਵਾਰ ਉਹਨਾਂ ਨੂੰ ਨਹੀਂ ਲਿਜਾ ਸਕਦੇ, ਇਸ ਵਾਰ ਸਿਰਫ ਆਪਾਂ ਬੱਚਿਆਂ ਨੂੰ ਲੈ ਕੇ ਜਾਣਾ। ਅਤੇ ਜਿਹੜੇ 50 ਬੱਚਿਆਂ ਨੇ ਸਭ ਤੋਂ ਪਹਿਲਾਂ ਨਾਮ ਲਿਖਵਾਤੇ ਸਿਰਫ ਉਹਨਾਂ ਨੂੰ ਲੈ ਕੇ ਜਾਣਾ, ਜਾਣੀ ਉਸ ਤੋਂ ਬਾਅਦ ਕੋਈ ਇਤਰਾਜ਼ ਨਾ ਕਰੇ। ਜਲਦੀ ਤੋਂ ਜਲਦੀ ਅੱਜ ਸ਼ਾਮ 7 ਵਜੇ ਤੱਕ ਆਪੋ ਆਪਣੇ ਨਾਮ ਕਰਮਜੀਤ ਸਿੰਘ ਜੀ, ਗ੍ਰੰਥੀ ਬਾਬਾ, ਉਹਨਾਂ ਕੋਲ ਲਿਖਵਾਉਣ ਦੀ ਕਿਰਪਾਲਤਾ ਕਰੋ ਜੀ। ਮੈਂ ਫੇਰ ਧੰਨਵਾਦ ਕਰਦਾ NRI ਭਰਾਵਾਂ ਦਾ ਜਿਨ੍ਹਾਂ ਨੇ ਬੱਸ ਦਾ ਪ੍ਰਬੰਧ ਕੀਤਾ, ਨਾਲ ਹੀ ਧੰਨਵਾਦ ਪ੍ਰਦੀਪ ਸਿੰਘ ਬੋਪਾ ਰਾਏ ਅਤੇ ਜਸਵਿੰਦ ਸਿੰਘ ਬੋਪਾ ਰਾਏ ਇਹਨਾਂ ਦਾ ਵੀ ਧੰਨਵਾਦ ਜਿਹੜਾ ਇਹਨਾਂ ਨੇ ਬੱਸ ਬੁੱਕ ਕਰਾਉਣ ਵਿੱਚ ਸਹਾਇਤਾ ਕਰਵਾਈ, ਕਿਉਂਕਿ ਵੱਖੋ ਵੱਖਰੇ ਰੇਟ ਸੀ, ਕੋਈ 22,000 ਮੰਗਦਾ ਸੀ, ਕੋਈ 17,000 ਮੰਗਦਾ ਸੀ, ਇਹਨਾਂ ਨੇ 13,000 ਦੇ ਵਿੱਚ ਗੱਲ ਕਰਾਈ ਹੈ ਬੱਸ ਵਾਲੇ ਨਾਲ। ਅਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ। ਅਤੇ ਮੈਂ ਫੇਰ ਬੇਨਤੀ ਕਰਦਾ ਵੀ ਲੈ ਕੇ ਬੱਚੇ ਜਾਣੇ ਆਪਾਂ 6ਵੀਂ ਕਲਾਸ ਤੋਂ ਉੱਪਰ ਉੱਪਰ, ਅਤੇ ਲੈ ਕੇ ਵੀ ਆਪਾਂ ਜਾਣੀ 1 ਤਰੀਕ ਨੂੰ 10 ਵਜੇ ਤੁਰਨਾ ਇੱਥੋਂ, ਅਤੇ ਸਵੇਰੇ, ਅਤੇ 2ਵੇਂ ਦਿਨ 2 ਤਰੀਕ ਨੂੰ ਸ਼ਾਮ ਨੂੰ ਮੁੜਨਾ ਆਪਾਂ। ਅਤੇ ਜਿਹੜੇ ਪਹਿਲੇ 50 ਬੱਚੇ ਨੇ ਨਾਮ ਲਿਖਵਾਤੇ ਆਪਾਂ ਉਹਨਾਂ ਨੂੰ ਲੈ ਕੇ ਜਾਣਾ ਜੀ। ਸੋ ਮੈਂ ਧੰਨਵਾਦ ਕਰਦਾ ਜੀ ਸਾਰਿਆਂ ਦਾ, ਅਤੇ ਬੇਨਤੀ ਕਰਦਾ ਕਿ ਆਪੋ ਆਪਣੇ ਨਾਮ ਲਿਖਾਓ ਜਲਦੀ ਜਲਦੀ, ਫਿਰ ਆਪਾਂ ਉਸ ਹਿਸਾਬ ਦੇ ਨਾਲ ਆਪਾਂ ਲਿਸਟ ਤਿਆਰ ਕਰਕੇ ਬੱਚਿਆਂ ਦੀ ਲਿਸਟ ਤਿਆਰ ਕਰਾਂਗੇ ਅਤੇ ਬੱਸ ਦੇ ਵਿੱਚ ਬਿਠਾਵਾਂਗੇ।
ਦੋ ਦਿਨਾਂ ਦਾ ਪ੍ਰੋਗਰਾਮ ਆ ਜੀ, ਬਿਲਕੁਲ ਫਰੀ ਹੈ ਜੀ, ਕੋਈ ਪੈਸਾ ਨਹੀਂ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।